ਹੁੰਦਾ ਨਹੀਂ ਸੀ ਕਈਆਂ ਦਾ ਕਿ ਅੱਜ ਭਗਵੰਤ ਨੇ ਵੀ ਦੂਜਾ ਕਰਾ ਲਿਆ। ਦੱਸੋ ਕਮਾਲ ਦਾ ਫੈਸਲਾ ਦਿੱਤਾ, ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ। 26 ਜਨਵਰੀ ਵਾਲੇ ਦਿਨ, 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ, ਕੋਈ ਦੇਸ਼ ਦੀ ਗੱਲ ਕਰੇ, ਕੋਈ ਕਿਸਾਨ ਦੀ ਗੱਲ ਕਰੇ, ਕੋਈ ਨੌਜਵਾਨ ਦੀ ਗੱਲ ਕਰੇ, ਕਹਿੰਦਾ ਵਧਾਈ ਹੋਵੇ, ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਹੈ, ਉਹਦੇ ਨਿਆਣਾ ਹੋਣ ਵਾਲਾ। ਦੱਸੋ ਕਾਹਦੀ ਵਧਾਈ ਭਾਈ, ਇਹਦੀ ਕਾਹਦੀ ਵਧਾਈ? ਉਹ ਜਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ, ਇਹ ਦਿਨ ਸੰਘਰਸ਼ ਦੇ ਹੁੰਦੇ ਆ, ਇਹ ਕਹਿੰਦਾ ਭਗਵੰਤ ਆਪ ਦੀ ਉਪਲਬਧੀ ਦੱਸੀ ਜਾਂਦਾ। ਓਏ ਚੰਨੀ, ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਐਵੇਂ ਮਰੀ ਜਾਂਦਾ ਇਹ ਵੀ ਉੱਗ। ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਵ, ਸਾਧ ਸੰਗਤ ਜੀ, ਆਹ ਹਾਲਾਤ ਬਣ ਗਏ। ਸ਼ਾਇਦ ਪਹਿਲਾਂ ਤੇ ਅਖੀਰਲਾ ਹੀ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੁਣ ਲਾ ਲਿਆ, ਦੂਜੇ ਹੁਣ ਤੋਂ ਮੈਂ ਬੁਲਾਉਂਦਾ ਨਹੀਂ, ਜਿਹੜਾ ਆਪਦੇ ਨਿਆਣਿਆਂ ਨੂੰ ਨਾ ਬੁਲਾਵੇ। ਸਾਧ ਸੰਗਤ ਜੀ, ਉਹਨੇ ਤੀਜੇ ਨੂੰ ਕੀ ਪੁੱਛ ਲੈਣਾ? ਇਸ ਲਈ ਉਹ ਵਿਚਾਰੀ ਬੇਟੀ ਰੋਣ ਦੀ ਹੈ, ਉਹਦਾ ਫਿਕਰ ਕੋਈ ਨਹੀਂ। ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ, ਮਗਰ ਮੈਂ ਵੀ ਨਹੀਂ ਹਟਦਾ। ਬਾਦਲ ਸਾਹਿਬ ਮੈਨੂੰ ਵੀ ਬੁਲਾ ਲੈਣ, ਇੱਕ ਵਾਰੀ ਬੁਲਾ ਲੈਣ, ਦੋ ਵਾਰੀ, ਪਹਿਲਾਂ 6 ਮਹੀਨੇ ਅੰਦਰ ਦੇ ਦਿੱਤਾ, ਫੇਰ ਦੇ ਦੇਣਗੇ। ਮੁੜ ਕੇ ਤੁਸੀਂ ਪੁੱਛਣ ਪਾਛਣ ਤਾਂ ਆਓਗੇ ਨਾ ਮਾਝੇ ਵਾਲਿਓ ਕਿ ਨਹੀਂ ਆਓਗੇ? ਹਾਂ ਦੇਖੋ ਕਿੱਡੇ ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ, ਊਂ ਭਾਵੇਂ ਪੁੱਛਣ ਨਾ ਪੁੱਛਣ, ਕਹਿੰਦੇ ਅੰਦਰ ਦੇ ਦਿੱਤਾ, ਤੈਨੂੰ ਜ਼ਰੂਰ ਪੁੱਛਣ ਆਵਾਂਗੇ। ਇਹ ਸਾਡੇ ਮਾਝੇ ਵਾਲੇ ਵੱਖਰੇ ਨੇ ਜੀ, ਇਹਨਾਂ ਨਾਲ ਤਾਂ ਏਡੀ ਮਾੜੀ ਉਹ ਹੁੰਦਾ ਨਹੀਂ ਸੀ ਕਈਆਂ ਦਾ ਕਿ ਅੱਜ ਭਗਵੰਤ ਨੇ ਵੀ ਦੂਜਾ ਕਰਾ ਲਿਆ। ਦੱਸੋ ਕਮਾਲ ਦਾ ਫੈਸਲਾ ਦਿੱਤਾ, ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ। 26 ਜਨਵਰੀ ਵਾਲੇ ਦਿਨ, 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ, ਕੋਈ ਦੇਸ਼ ਦੀ ਗੱਲ ਕਰੇ, ਕੋਈ ਕਿਸਾਨ ਦੀ ਗੱਲ ਕਰੇ, ਕੋਈ ਨੌਜਵਾਨ ਦੀ ਗੱਲ ਕਰੇ, ਕਹਿੰਦਾ ਵਧਾਈ ਹੋਵੇ, ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਹੈ, ਉਹਦੇ ਨਿਆਣਾ ਹੋਣ ਵਾਲਾ। ਦੱਸੋ ਕਾਹਦੀ ਵਧਾਈ ਭਾਈ, ਇਹਦੀ ਕਾਹਦੀ ਵਧਾਈ? ਉਹ ਜਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ, ਇਹ ਦਿਨ ਸੰਘਰਸ਼ ਦੇ ਹੁੰਦੇ ਆ, ਇਹ ਕਹਿੰਦਾ ਭਗਵੰਤ ਆਪ ਦੀ ਉਪਲਬਧੀ ਦੱਸੀ ਜਾਂਦਾ। ਓਏ ਚੰਨੀ, ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਐਵੇਂ ਮਰੀ ਜਾਂਦਾ ਇਹ ਵੀ ਉੱਗ। ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਵ, ਸਾਧ ਸੰਗਤ ਜੀ, ਆਹ ਹਾਲਾਤ ਬਣ ਗਏ। ਸ਼ਾਇਦ ਪਹਿਲਾਂ ਤੇ ਅਖੀਰਲਾ ਹੀ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੁਣ ਲਾ ਲਿਆ, ਦੂਜੇ ਹੁਣ ਤੋਂ ਮੈਂ ਬੁਲਾਉਂਦਾ ਨਹੀਂ, ਜਿਹੜਾ ਆਪਦੇ ਨਿਆਣਿਆਂ ਨੂੰ ਨਾ ਬੁਲਾਵੇ। ਸਾਧ ਸੰਗਤ ਜੀ, ਉਹਨੇ ਤੀਜੇ ਨੂੰ ਕੀ ਪੁੱਛ ਲੈਣਾ? ਇਸ ਲਈ ਉਹ ਵਿਚਾਰੀ ਬੇਟੀ ਰੋਣ ਦੀ ਹੈ, ਉਹਦਾ ਫਿਕਰ ਕੋਈ ਨਹੀਂ। ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ, ਮਗਰ ਮੈਂ ਵੀ ਨਹੀਂ ਹਟਦਾ। ਬਾਦਲ ਸਾਹਿਬ ਮੈਨੂੰ ਵੀ ਬੁਲਾ ਲੈਣ, ਇੱਕ ਵਾਰੀ ਬੁਲਾ ਲੈਣ, ਦੋ ਵਾਰੀ, ਪਹਿਲਾਂ 6 ਮਹੀਨੇ ਅੰਦਰ ਦੇ ਦਿੱਤਾ, ਫੇਰ ਦੇ ਦੇਣਗੇ। ਮੁੜ ਕੇ ਤੁਸੀਂ ਪੁੱਛਣ ਪਾਛਣ ਤਾਂ ਆਓਗੇ ਨਾ ਮਾਝੇ ਵਾਲਿਓ ਕਿ ਨਹੀਂ ਆਓਗੇ? ਹਾਂ ਦੇਖੋ ਕਿੱਡੇ ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ, ਊਂ ਭਾਵੇਂ ਪੁੱਛਣ ਨਾ ਪੁੱਛਣ, ਕਹਿੰਦੇ ਅੰਦਰ ਦੇ ਦਿੱਤਾ, ਤੈਨੂੰ ਜ਼ਰੂਰ ਪੁੱਛਣ ਆਵਾਂਗੇ। ਇਹ ਸਾਡੇ ਮਾਝੇ ਵਾਲੇ ਵੱਖਰੇ ਨੇ ਜੀ, ਇਹਨਾਂ ਨਾਲ ਤਾਂ ਏਡੀ ਮਾੜੀ ਉਹ ਹੁੰਦਾ ਨਹੀਂ ਸੀ ਕਈਆਂ ਦਾ ਕਿ ਅੱਜ ਭਗਵੰਤ ਨੇ ਵੀ ਦੂਜਾ ਕਰਾ ਲਿਆ। ਦੱਸੋ ਕਮਾਲ ਦਾ ਫੈਸਲਾ ਦਿੱਤਾ, ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ। 26 ਜਨਵਰੀ ਵਾਲੇ ਦਿਨ, 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ, ਕੋਈ ਦੇਸ਼ ਦੀ ਗੱਲ ਕਰੇ, ਕੋਈ ਕਿਸਾਨ ਦੀ ਗੱਲ ਕਰੇ, ਕੋਈ ਨੌਜਵਾਨ ਦੀ ਗੱਲ ਕਰੇ, ਕਹਿੰਦਾ ਵਧਾਈ ਹੋਵੇ, ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਹੈ, ਉਹਦੇ ਨਿਆਣਾ ਹੋਣ ਵਾਲਾ। ਦੱਸੋ ਕਾਹਦੀ ਵਧਾਈ ਭਾਈ।
ਇਹਦੀ ਕਾਹਦੀ ਵਧਾਈ ਉਹੋ ਜਿਹਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ, ਇਹ ਦਿਨ ਸੰਘਰਸ਼ ਦੇ ਹੁੰਦੇ ਆ, ਇਹ ਕਹਿੰਦਾ ਭਗਵੰਤ ਆਪ ਦੀ ਉਪਲਬਧੀ ਦੱਸੀ ਜਾਂਦਾ। ਉਹ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਐਵੇਂ ਮਰੀ ਜਾਂਦਾ ਇਹ ਵੀ ਉੱਗਾ ਦੀ। ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਵ ਸਾਧ ਸੰਗਤ ਜੀ, ਆਹ ਹਾਲਾਤ ਬਣ ਗਏ, ਸ਼ਾਇਦ ਪਹਿਲਾਂ ਤੇ ਅਖੀਰਲਾ ਹੀ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੁਣ ਲਾ ਲਿਆ, ਦੂਜੇ ਦੋ ਹੁਣ ਤਾਂ ਮੈਂ ਬੁਲਾਉਂਦਾ ਨਹੀਂ, ਜਿਹੜਾ ਆਪਦੇ ਨਿਆਣਿਆਂ ਨੂੰ ਨਾ ਬੁਲਾਵੇ ਸਾਧ ਸੰਗਤ ਜੀ, ਉਹਨੇ ਤੀਜੇ ਨੂੰ ਕੀ ਪੁੱਛ ਲੈਣਾ। ਇਸ ਲਈ ਉਹ ਵਿਚਾਰੀ ਬੇਟੀ ਰੋਣ ਦੀ ਆ, ਉਹਦਾ ਫਿਕਰ ਕੋਈ ਨਹੀਂ, ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ, ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ, ਮੈਨੂੰ ਵੀ ਬੁਲਾ ਲੈਣ, ਇੱਕ ਵਾਰੀ ਬੁਲਾ ਲੈਣ, ਦੋ ਵਾਰੀ, ਪਹਿਲਾਂ 6 ਮਹੀਨੇ ਅੰਦਰ ਦੇ ਦਿੱਤਾ ਫੇਰ ਦੇ ਦੇਣਗੇ। ਮੁੜ ਕੇ ਤੁਸੀਂ ਪੁੱਛਣ ਪਾਛਣ ਤਾਂ ਆਓਗੇ ਨਾ ਮਾਝੇ ਵਾਲੇ ਕਿ ਨਹੀਂ ਆਉਂਗੇ? ਹਾਂ ਦੇਖੋ ਕਿੱਡੇ ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ, ਊਂ ਭਾਵੇਂ ਪੁੱਛਣ ਨਾ ਪੁੱਛਣ, ਕਹਿੰਦੇ ਅੰਦਰ ਦੇ ਦਿੱਤਾ ਤੈਨੂੰ ਜ਼ਰੂਰ ਪੁੱਛਣ ਆਵਾਂਗੇ। ਇਹ ਸਾਡੇ ਮਾਝੇ ਵਾਲੇ ਵੱਖਰੇ ਨੇ ਜੀ, ਇਹਨਾਂ ਨਾਲ ਤਾਂ ਏਡੀ ਮਾੜੀ ਉਹ ਹੁੰਦਾ ਨਹੀਂ ਸੀ ਕਈਆਂ ਦਾ ਕਿ ਅੱਜ ਭਗਵੰਤ ਨੇ ਵੀ ਦੂਜਾ ਕਰਾ ਲਿਆ। ਦੱਸੋ ਕਮਾਲ ਦਾ ਫੈਸਲਾ ਦਿੱਤਾ, ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ। 26 ਜਨਵਰੀ ਵਾਲੇ ਦਿਨ, 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ, ਕੋਈ ਦੇਸ਼ ਦੀ ਗੱਲ ਕਰੇ, ਕੋਈ ਕਿਸਾਨ ਦੀ ਗੱਲ ਕਰੇ, ਕੋਈ ਨੌਜਵਾਨ ਦੀ ਗੱਲ ਕਰੇ, ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਹੈ, ਉਹਦੇ ਨਿਆਣਾ ਹੋਣ ਵਾਲਾ। ਦੱਸੋ ਕਾਹਦੀ ਵਧਾਈ ਭਾਈ, ਇਹਦੀ ਕਾਹਦੀ ਵਧਾਈ ਉਹੋ ਜਿਹਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ, ਇਹ ਦਿਨ ਸੰਘਰਸ਼ ਦੇ ਹੁੰਦੇ ਆ, ਇਹ ਕਹਿੰਦਾ ਭਗਵੰਤ ਆਪ ਦੀ ਉਪਲਬਧੀ ਦੱਸੀ ਜਾਂਦਾ। ਉਹ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਐਵੇਂ ਮਰੀ ਜਾਂਦਾ ਇਹ ਵੀ ਉੱਗਾ ਦੀ। ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਵ ਸਾਧ ਸੰਗਤ ਜੀ, ਆਹ ਹਾਲਾਤ ਬਣ ਗਏ, ਸ਼ਾਇਦ ਪਹਿਲਾਂ ਤੇ ਅਖੀਰਲਾ ਹੀ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੁਣ ਲਾ ਲਿਆ, ਦੂਜੇ ਦੋ ਹੁਣ ਤਾਂ ਮੈਂ ਬੁਲਾਉਂਦਾ ਨਹੀਂ, ਜਿਹੜਾ ਆਪਦੇ ਨਿਆਣਿਆਂ ਨੂੰ ਨਾ ਬੁਲਾਵੇ ਸਾਧ ਸੰਗਤ ਜੀ, ਉਹਨੇ ਤੀਜੇ ਨੂੰ ਕੀ ਪੁੱਛ ਲੈਣਾ। ਇਸ ਲਈ ਉਹ ਵਿਚਾਰੀ ਬੇਟੀ ਰੋਣ ਦੀ ਆ, ਉਹਦਾ ਫਿਕਰ ਕੋਈ ਨਹੀਂ, ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ, ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ, ਮੈਨੂੰ ਵੀ ਬੁਲਾ ਲੈਣ, ਇੱਕ ਵਾਰੀ ਬੁਲਾ ਲੈਣ, ਦੋ ਵਾਰੀ, ਪਹਿਲਾਂ 6 ਮਹੀਨੇ ਅੰਦਰ ਦੇ ਦਿੱਤਾ ਫੇਰ ਦੇ ਦੇਣਗੇ। ਮੁੜ ਕੇ ਤੁਸੀਂ ਪੁੱਛਣ ਪਾਛਣ ਤਾਂ ਆਓਗੇ ਨਾ ਮਾਝੇ ਵਾਲੇ ਕਿ ਨਹੀਂ ਆਉਂਗੇ? ਹਾਂ ਦੇਖੋ ਕਿੱਡੇ ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ, ਊਂ ਭਾਵੇਂ ਪੁੱਛਣ ਨਾ ਪੁੱਛਣ, ਕਹਿੰਦੇ ਅੰਦਰ ਦੇ ਦਿੱਤਾ ਤੈਨੂੰ ਜ਼ਰੂਰ ਪੁੱਛਣ ਆਵਾਂਗੇ। ਇਹ ਸਾਡੇ ਮਾਝੇ ਵਾਲੇ ਵੱਖਰੇ ਨੇ ਜੀ, ਇਹਨਾਂ ਨਾਲ ਤਾਂ ਏਡੀ ਮਾੜੀ ਉਹ ਹੁੰਦਾ ਨਹੀਂ ਸੀ ਕਈਆਂ ਦਾ ਕਿ ਅੱਜ ਭਗਵੰਤ ਨੇ ਵੀ ਦੂਜਾ ਕਰਾ ਲਿਆ। ਦੱਸੋ ਕਮਾਲ ਦਾ ਫੈਸਲਾ ਦਿੱਤਾ, ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ। 26 ਜਨਵਰੀ ਵਾਲੇ ਦਿਨ, 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ, ਕੋਈ ਦੇਸ਼ ਦੀ ਗੱਲ ਕਰੇ, ਕੋਈ ਕਿਸਾਨ ਦੀ ਗੱਲ ਕਰੇ, ਕੋਈ ਨੌਜਵਾਨ ਦੀ ਗੱਲ ਕਰੇ, ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਹੈ, ਉਹਦੇ ਨਿਆਣਾ ਹੋਣ ਵਾਲਾ। ਦੱਸੋ ਕਾਹਦੀ ਵਧਾਈ ਭਾਈ, ਇਹਦੀ ਕਾਹਦੀ ਵਧਾਈ ਉਹੋ ਜਿਹਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ, ਇਹ ਦਿਨ ਸੰਘਰਸ਼ ਦੇ ਹੁੰਦੇ ਆ, ਇਹ ਕਹਿੰਦਾ ਭਗਵੰਤ ਆਪ ਦੀ ਉਪਲਬਧੀ ਦੱਸੀ ਜਾਂਦਾ। ਉਹ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਐਵੇਂ ਮਰੀ ਜਾਂਦਾ ਇਹ ਵੀ ਉੱਗਾ ਦੀ। ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਵ ਸਾਧ ਸੰਗਤ ਜੀ, ਆਹ ਹਾਲਾਤ ਬਣ ਗਏ, ਸ਼ਾਇਦ ਪਹਿਲਾਂ ਤੇ ਅਖੀਰਲਾ ਹੀ ਮੁੱਖ ਮੰਤਰੀ ਹੋਇਆ
ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੁਣ ਲਾ ਲਿਆ, ਦੂਜੇ ਤੋਂ ਹੁਣ ਤਾਂ ਮੈਂ ਬੁਲਾਉਂਦਾ ਨਹੀਂ। ਜਿਹੜਾ ਆਪਦੇ ਨਿਆਣਿਆਂ ਨੂੰ ਨਾ ਬੁਲਾਵੇ ਸਾਧ ਸੰਗਤ ਜੀ, ਉਹਨੇ ਤੀਜੇ ਨੂੰ ਕੀ ਪੁੱਛ ਲੈਣਾ। ਇਸ ਲਈ ਉਹ ਵਿਚਾਰੀ ਬੇਟੀ ਰੋਣ ਦੀ ਆ, ਉਹਦਾ ਫਿਕਰ ਕੋਈ ਨਹੀਂ। ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ, ਮਗਰ ਮੈਂ ਵੀ ਨਹੀਂ ਹਟਦਾ। ਬਾਦਲ ਸਾਹਿਬ ਮੈਨੂੰ ਵੀ ਬੁਲਾ ਲੈਣ, ਇੱਕ ਵਾਰੀ ਬੁਲਾ ਲੈਣ, ਦੋ ਵਾਰੀ, ਪਹਿਲਾਂ 6 ਮਹੀਨੇ ਅੰਦਰ ਦੇ ਦਿੱਤਾ, ਫੇਰ ਦੇ ਦੇਣਗੇ। ਮੁੜ ਕੇ ਤੁਸੀਂ ਪੁੱਛਣ ਪਾਛਣ ਤਾਂ ਆਓਗੇ ਨਾ ਮਾਝੇ ਵਾਲਿਓ ਕਿ ਨਹੀਂ ਆਊਂਗੇ? ਹਾਂ ਦੇਖੋ ਕਿੱਡੇ ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ। ਊਂ ਭਾਵੇਂ ਪੁੱਛਣ ਨਾ ਪੁੱਛਣ, ਕਹਿੰਦੇ ਅੰਦਰ ਦੇ ਦਿੱਤਾ, ਤੈਨੂੰ ਜ਼ਰੂਰ ਪੁੱਛਣ ਆਵਾਂਗੇ। ਇਹ ਸਾਡੇ ਮਾਝੇ ਵਾਲੇ ਵੱਖਰੇ ਨੇ ਜੀ, ਇਹਨਾਂ ਨਾਲ ਤਾਂ ਇੱਡੀ ਮਾੜੀ ਹੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।